ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਬਿਲਕੁਲ ਨੀ ਗੁੰਡਾਗਰਦੀ ਬਰਦਾਸ਼ਤ ਕਰਾਂਗੇ, ਕੋਈ ਬਾਹਰੋਂ ਬੰਦੇ ਆਣ ਕੇ ਜੀ ਇਹ ਕੋਈ ਗੱਲ ਹੈ ਜੀ, ਗੁੰਡਾਗਰਦੀ ਕਰਨੀ ਕਿੱਥੇ ਆਣ ਗਏ? ਇਹ ਬੰਦੇ ਬਾਹਰੋਂ ਮੰਗਾਏ ਗੁੰਡਾਗਰਦੀ ਕਰਨੀ ਦੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਉਹ ਅਸੀਂ ਵੀ ਆਏ ਬਾਹਰੋਂ ਆਏ ਉਹ ਅਪਲਾਈ ਕਰਤੀ ਜੀ, ਤੁਸੀਂ ਪਹਿਲਾਂ 46 ਤੋਂ 32 ਬੰਦੇ ਬਾਹਰ ਕੱਢੋ, ਤੁਸੀਂ ਐਂ ਕਰੋ ਜੀ ਤੁਸੀਂ ਇੱਥੋਂ ਪੁੱਛ ਲਓ ਸਾਰੇ ਬੰਦਿਆਂ ਨੂੰ ਜਿਹੜੇ ਜਿਹੜੇ ਬੰਦੇ ਆਧਾਰ ਕਾਰਡ ਹੈ, ਜਦੋਂ ਆਪਾਂ ਲੈਕਚਰ ਵੀ ਦਿੰਦੇ ਹਾਂ ਲੈਕਚਰ ਕੋਰਟ ਤੇ ਹੁੰਦਾ ਲੈਕਚਰ ਸਾਰੇ ਸਰ ਆਧਾਰ ਕਾਰਡ ਤੁਸੀਂ ਬੰਦੇ ਸਾਰੇ ਨਹੀਂ ਜੀ ਤੁਸੀਂ ਇੱਥੇ ਇੱਕ ਵਾਰੀ ਡੀਐਸਪੀ ਸਾਹਿਬ ਇੱਕ ਵਾਰੀ ਅਨਾਊਂਸ ਕਰ ਦਿਓ, ਅਨਾਊਂਸ ਕਰ ਦਿਓ ਵੀ ਜਿਹੜੇ ਵੋਟਰ ਨੇ ਉਹ ਬਾਹਰ ਚਲੇ ਜਾਣ, ਵੋਟਰ ਨਹੀਂ ਇੱਕ ਵਾਰੀ ਕਹੋ ਤੁਸੀਂ ਮਨਜ਼ੂਰੀ ਲਿਆਓ, ਤੁਸੀਂ ਸਾਰਿਆਂ ਨੂੰ ਬੇਨਤੀ ਕਰੋ ਵੀ ਵਿਦਆਊਟ ਪਰਮਿਸ਼ਨ ਨਹੀਂ ਜੀ, ਇਹ ਤਾਂ ਐ ਨਾ ਕਰੋ ਤੁਸੀਂ ਇਹਨੂੰ ਜੇ ਕੈਪਚਰ ਕਰਨਾ ਤੁਹਾਡੀ ਮਰਜ਼ੀ ਹੈ, ਅਸੀਂ ਨਹੀਂ ਕੈਪਚਰ ਕਰਦੇ, ਸਰਕਾਰ ਨੇ ਕੈਪਚਰ ਕਰਨਾ ਤੁਹਾਡੀ ਮਰਜ਼ੀ, ਪ੍ਰਾਈਵੇਟ ਕੰਮ ਹੈ, ਬੰਦੇ ਆ ਕੇ ਗੁੰਡਾ ਕਰਦੇ ਬਾਹਰੋਂ ਆ ਕੇ ਆਰੋ ਦੇ ਗਲ ਪੈ ਰਹੇ ਆ, ਕੋਈ ਤਰੀਕਾ ਥੋੜਾ ਜੀ ਇਹ ਕੀ ਤਰੀਕਾ, ਚਲੋ ਕੋਈ ਤੁਸੀਂ ਮਨਜ਼ੂਰੀ ਲਿਆਓ, ਇਹ ਪ੍ਰਸ਼ਾਸਨ ਦਾ ਕੀ ਤਰੀਕਾ ਜੀ, ਤੁਹਾਡੀ ਹਾਜ਼ਰੀ 'ਚ ਬੰਦੇ ਗਲ ਪੈ ਰਹੇ ਆ, ਦੇਖੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਵੀ ਕਾਨੂੰਨ ਨੂੰ ਪਾਲਣਾ ਕਰਾਓ, ਤੁਸੀਂ ਇਸ ਤਰ੍ਹਾਂ ਅਸੀਂ ਬਿਲਕੁਲ ਕਰ ਰਹੇ, ਤੁਸੀਂ ਪਰਮਿਸ਼ਨ ਲਿਆ, ਤੁਸੀਂ ਜਿਹੜੇ ਬੰਦੇ ਤੇ ਕਰੇ ਆ ਆ ਕੇ ਗੰਦ ਪਾ ਕੇ ਉਹ ਜਾ ਰਹੇ ਆ, ਹੁਣ ਕੋਈ ਉਹਨਾਂ ਨੂੰ ਫੜ ਨਹੀਂ ਰਿਹਾ, ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਹੁਣ ਬੇਨਤੀ ਆ ਤੁਸੀਂ ਕਰਵਾ ਦਿੰਦੇ, ਤੁਸੀਂ ਸਾਨੂੰ ਲਿਸਟ ਦਿਓ ਜੀ, ਇੱਕ ਲਿਸਟ ਦਿਓ, ਆਈਡੈਂਟੀਫਾਇਰ ਦਿਓ ਜੀ, ਜਿਹੜੇ ਅਬਜ਼ਰਵਰ ਲੱਗੇ ਨੇ ਜੀ ਉਹ ਹੋਣਗੇ, ਜਿਹੜੇ ਤੁਹਾਡੇ ਅਬਜ਼ਰਵਰ ਲੱਗੇ ਨੇ ਜੀ ਅਬਜ਼ਰਵਰ, ਜਿਹੜੇ ਦੇਖੋ ਗੱਲ ਸੁਣੋ, ਜਿਹੜੇ ਅਬਜ਼ਰਵਰ ਲੱਗੇ ਨੇ ਜੀ ਇਹ ਉਹਨਾਂ ਨੇ ਆਈਡੈਂਟੀਫਾਈ ਕਰਨਾ ਪੈਂਦਾ, ਅਬਜ਼ਰਵਰਾਂ ਨੇ ਨਹੀਂ ਨਹੀਂ ਸਾਨੂੰ ਅਬਜ਼ਰਵਰਾਂ ਨੇ ਅਬਜ਼ਰਵ ਕਰਨਾ, ਅਬਜ਼ਰਵਰਾਂ ਨੇ ਅਬਜ਼ਰਵ ਕਰਨਾ, ਆਈਡੈਂਟੀਫਾਈ ਕਰਨੇ ਜੀ ਬੰਦੇ, ਅਸੀਂ ਆਈਡੈਂਟੀਫਾਈ ਕਰਨਾ, ਅਸੀਂ ਆਈਡੈਂਟੀਫਾਈ ਕਰੀਏ ਨੇ ਜਿਹੜੇ ਹੈ, ਤੁਹਾਨੂੰ ਮੈਂ ਪਹਿਲਾਂ ਕਿਹਾ ਤਾਂ ਆਈਡੈਂਟੀਫਾਈ ਕਰੋ ਬੰਦੇ, ਜਿਹੜੇ ਬੰਦੇ ਮੈਂਬਰ ਨੇ 40 ਤੋਂ ਬੜਾ ਸਾਰੇ ਬਾਹਰ ਕਰ ਲਓ ਜੀ, 40 ਤੋਂ ਬੜਾ ਬਾਕੀ ਸਾਰੇ ਬਾਹਰ ਕਰ ਲਓ, ਬਾਕੀ ਬਾਹਰ ਚਲੋ,
ਛਿਆਲੀਆਂ ਤੋਂ ਬੜਾ ਬਾਕੀ ਸਾਰੇ ਬਾਹਰ ਚਲੋ ਲਾਲੀ ਬਾਹਰ ਚਲੋ ਸਾਰੇ ਦੇਖੋ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ਹੈ, ਉਹਦੇ 'ਚ ਗੁੰਡਾਗਰਦੀ ਹੋ ਰਹੀ ਹੈ ਜੀ। ਉਹਦੇ 'ਚ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਜ਼ਿਲ੍ਹੇ 'ਚੋਂ 23 ਜ਼ਿਲ੍ਹੇ ਨੇ ਪੰਜਾਬ ਦੇ ਅਤੇ 46 ਉਹਨਾਂ ਦੇ ਵੋਟਰ ਹੁੰਦੇ ਆ ਔਰ ਉਹਨਾਂ ਦੀ ਚੋਣ ਉਹ 46 ਵੋਟਰ ਕਰਦੇ ਆ। ਪਰ ਅੱਜ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਧੱਕੇਸ਼ਾਹੀ ਹੋ ਰਹੀ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਸਮਾਧ 'ਤੇ ਸਹੁੰ ਚੁੱਕ ਕੇ ਸਰਕਾਰ ਬਣੀ ਹੈ। ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਹਨਾਂ ਐਸੋਸੀਏਸ਼ਨਾਂ 'ਚ, ਇਹਨਾਂ ਸੰਸਥਾਵਾਂ 'ਚ ਰਾਜਨੀਤੀ ਨਾ ਵਾੜੀ ਜਾਵੇ, ਇਹਨਾਂ ਨੂੰ ਨਿਰਪੱਖਤਾ ਨਾਲ ਇਹ ਚੋਣ ਕਰਾਈ ਜਾਵੇ। ਅੱਜ 9 ਤੋਂ 11 ਵਜੇ ਤੱਕ ਨੋਮੀਨੇਸ਼ਨ ਸੀ ਤਾਂ ਉਦੋਂ ਬਾਅਦ ਕੁਛ ਗੁੰਡੇ ਆਉਂਦੇ ਆ ਜਿਹੜੇ ਕਿ ਬਾਹਰੋਂ ਸੀ ਆ ਕੇ ਕਾਗਜ਼ ਪਾੜਨ ਦੀ, ਕਾਗਜ਼ ਖੋਹਣ ਦੀ ਕੋਸ਼ਿਸ਼ ਕਰਦੇ। ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ, ਕੈਮਰਿਆਂ ਵਿੱਚ ਕੈਦ ਹੈ। ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ, ਕਿਹੜਾ ਥੋੜ੍ਹਾ ਜਿਹਾ ਪ੍ਰੋਸੈਸ ਟੱਪ ਲੈਣ ਦਿਓ। ਆਇਡੈਂਟੀਫਾਈਡ ਬੰਦੇ ਆ, ਫੋਟੋਆਂ ਆਈਆਂ ਹੋਈਆਂ। ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਤੁਹਾਡੇ ਕੋਲ ਮਾਨਤਾ ਜਿਹੜੀ ਨਹੀਂ ਲਈ ਗਈ? ਸਾਡੇ ਕੋਲ ਮਾਨਤਾ ਹੈ, ਬਿਲਕੁਲ ਸਾਡੇ ਕੋਲ ਮਾਨਤਾ ਹੈ ਜੀ। ਮਾਨਤਾ ਤੋਂ ਬਿਨਾਂ ਸਰਕਾਰ ਨੇ ਸਰ ਸਰਕਾਰ ਨੂੰ ਅਸੀਂ ਸੂਚਨਾ ਕੀਤੀ। ਸਪੋਰਟਸ ਡਿਪਾਰਟਮੈਂਟ ਨੇ ਆਪਣਾ ਅਬਜ਼ਰਵਰ ਲਾਇਆ, ਓਲੰਪਿਕ ਐਸੋਸੀਏਸ਼ਨ ਨੇ ਅਬਜ਼ਰਵਰ ਲਾਇਆ। ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ? ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਅਬਜ਼ਰਵਰ ਕਿਵੇਂ ਲਾਤੇ? ਕੀ ਮੰਗ ਕੀ ਹੈ ਤੁਹਾਡੀ? ਹੁਣ ਸਾਫ਼ ਸੁਥਰਾ ਢੰਗ ਨਾਲ ਇਹ ਚੋਣ ਹੋਣੀ ਚਾਹੀਦੀ ਹੈ। ਜੋ ਜਮਹੂਰੀਅਤ ਦੇਖੋ, ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ, ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ। ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਬਹੁਤ ਮੰਦ ਭਾਗ ਹੈ। ਮੇਰੀ ਸਾਰਿਆਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ, ਆਪਾਂ ਕਬਜ਼ੇ ਦੀ ਭਾਵਨਾ ਛੱਡੀਏ, ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ। ਤੁਸੀਂ ਦਿਲ ਜਿੱਤਣ ਦੀ ਗੱਲ ਕੀਤੀ ਹੈ, ਐਡੀ ਫੋਰਸ ਲਾਈ ਗਈ ਹੈ, ਤੁਹਾਨੂੰ ਕੀ ਲੱਗਦਾ? ਇੱਕ 50 ਮੈਂਬਰ ਨੇ ਸਿਰਫ, 46 46 ਹਾਂਜੀ ਹਾਂਜੀ, ਇੰਨੀ ਫੋਰਸ ਲਾਈ ਗਈ ਹੈ, ਕਬਜ਼ਾ ਕਰਨ ਦੀ ਨੀਅਤ ਹੈ? ਕਬਜ਼ਾ ਕਰਨ ਦੀ ਸਰਕਾਰ ਕਰਨਾ ਚਾਹੁੰਦੀ ਹੈ? ਸਰਕਾਰ ਫਿਰ ਵੀ ਉੱਥੇ ਸਟੇਜ ਤੋਂ ਬੰਦਾ ਕਾਜ ਤੋਂ ਲੈ ਕੇ ਭੱਜ ਜਾਂਦਾ ਹੈ। ਕਾਗਜ਼ ਨਹੀਂ, ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਅਤੇ ਇਹ ਆਪਦੀ ਚੋਣ ਕਰ ਰਹੇ ਨੇ ਜੀ। ਯੂ ਐਸ ਪਰ ਲਾਅ ਜਿੱਦਾਂ ਵੀ ਹੋਊਗਾ ਕਰ ਲੈਣਗੇ, ਸਾਡਾ ਉਹਦੇ ਡਾਇਰੈਕਟਲੀ ਕੋਈ ਲੱਗਦਾ ਨਹੀਂ ਵੀ ਸਟੇਜ 'ਤੇ ਬੰਦਾ ਚੜ੍ਹ ਕੇ ਸਟੇਜ। ਨਹੀਂ ਦੇਖੋ ਇੱਦਾਂ ਨਾ, ਅਸੀਂ ਆਰਗਨਾਈਜੇਸ਼ਨ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਇਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਇਡੈਂਟੀਫਾਈਡ ਬੰਦੇ ਅੰਦਰ ਵਾੜੋ। ਤਾਂ ਉਦੋਂ ਇਹ ਕਹਿੰਦੇ ਸੀਗੇ ਵੀ ਅਸੀਂ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਅਸੀਂ ਉਦੋਂ ਕਰਾਂਗੇ। ਇਹਨਾਂ ਦੇ ਬੰਦੇ ਨੇ, ਇਹਨਾਂ ਨੇ ਵਾੜੇ, ਇਹੀ ਜਾਣਦੇ ਨੇ ਕਿਹੜੇ ਬੰਦੇ ਆਉਂਦੇ ਨੇ, ਕਿਹੜੇ ਬੰਦੇ ਨਹੀਂ ਆਉਂਦੇ।